ਕੀ ਨਾਮ ਹੈ ਤੁਹਾਡਾ? ਗੁਰਵਿੰਦਰ ਕੌਰ। ਗੁਰਵਿੰਦਰ ਕੌਰ, ਕਿੱਥੋਂ ਆਏ ਹੋ ਤੁਸੀਂ? ਅਸੀਂ ਤਾਰਾਗੜ੍ਹ ਤੋਂ ਆਏ ਹਾਂ। ਤਾਰਾਗੜ੍ਹ ਤੋਂ। ਕਿੰਨੀ ਉਮਰ ਹੈ ਤੁਹਾਡੀ? ਸਾਡੀ ਉਮਰ 72 ਸਾਲ। ਤੁਹਾਡੀ ਉਮਰ 72 ਸਾਲ? ਹਾਂਜੀ, ਠੀਕ ਹੈ। ਕਿਹੜੀ ਸਰਜਰੀ ਕਰਵਾਈ ਹੈ ਜੀ ਤੁਸੀਂ? ਅਸੀਂ ਭਾਰ ਘਟਾਉਣ ਦੀ ਕਰਾਈ। ਭਾਰ ਘਟਾਉਣ ਵਾਲੀ ਸਰਜਰੀ, ਗੈਸਟ੍ਰਿਕ ਬਾਈਪਾਸ ਸਰਜਰੀ ਕਰਵਾਈ। ਹਾਂਜੀ, ਠੀਕ ਹੈ। ਆਂਟੀ, ਕਿੰਨਾ ਤੁਹਾਨੂੰ ਕਿੱਦਾਂ ਪ੍ਰੋਬਲਮਸ ਆ ਰਹੀਆਂ ਸੀ? ਕਿਹੜੀ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਸੀ ਕਿ ਤੁਹਾਨੂੰ ਲੱਗਿਆ ਕਿ ਤੁਹਾਨੂੰ ਇਹ ਭਾਰ ਘਟਾਉਣ ਵਾਲੀ ਆਪਰੇਸ਼ਨ ਕਰਵਾ ਲੈਣਾ ਚਾਹੀਦਾ? ਹਾਂਜੀ, ਮੇਰਾ ਜਿੱਦਾਂ ਭਾਰ ਵੀ ਬਹੁਤ ਵਧਿਆ ਸੀ। ਹਾਂਜੀ, ਬਲੱਡ ਪ੍ਰੈਸ਼ਰ ਮੇਰਾ ਬਹੁਤ ਹਾਈ ਹੋਇਆ ਸੀ। ਹਾਂਜੀ, ਜੋੜਾਂ ਦੇ ਦਰਦਾਂ ਬਹੁਤ ਹੁੰਦੀਆਂ ਸੀ। ਹਾਂਜੀ, ਸਾਹ ਬਹੁਤ ਚੜ੍ਹਦਾ ਸੀ। ਅੱਛਾ, ਤੇ ਕਿੰਨਾ ਭਾਰ ਸੀ ਆਂਟੀ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ? ਪਹਿਲਾਂ ਮੇਰਾ 100 ਕਿਲੋ ਭਾਰ। 100 ਕਿਲੋ ਭਾਰ ਸੀ, ਤੇ ਹੁਣ ਆਪਰੇਸ਼ਨ ਤੋਂ ਬਾਅਦ ਕਿੰਨਾ ਹੋ ਗਿਆ? ਹੁਣ 60 ਹੋ ਗਿਆ। ਅੱਜ 60 ਕਿਲੋ ਤੁਹਾਡਾ ਭਾਰ। ਠੀਕ ਹੈ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਪਰੇਸ਼ਨ ਕਰਵਾਇਆ? 7 ਮਹੀਨੇ ਹੋ ਗਏ। 7 ਮਹੀਨੇ ਹੋ ਗਏ। ਹਾਂ, ਠੀਕ ਹੈ। ਤੇ 7 ਮਹੀਨਿਆਂ ਦੇ ਵਿੱਚ ਤੁਸੀਂ 32 ਕਿਲੋ ਭਾਰ ਆਪਣਾ ਘਟਾ ਚੁੱਕੇ ਹੋ। ਹਾਂਜੀ, ਠੀਕ ਹੈ। ਤੇ ਕੀ ਖਾ ਪੀ ਲੈਂਦੇ ਹੋ ਤੁਸੀਂ ਵਧੀਆ? ਹਾਂਜੀ, ਹੁਣ ਜਿੱਦਾਂ ਭੁੱਖ ਵੀ ਬਹੁਤ ਲੱਗਦੀ ਹੈ। ਹਾਂਜੀ, ਤੇ ਭਰਕੇ ਦੋ ਖਾ ਲਈਦੀ ਹੈ। ਅੱਛਾ, ਹਾਂਜੀ, ਹੋਰ ਵੀ ਜੀ ਕਰੇ ਤਾਂ ਫਲ ਫਰੂਟ ਖਾ ਲਈਦਾ। ਅੱਛਾ, ਤੇ ਕੋਈ ਦਿੱਕਤ ਤਾਂ ਨਹੀਂ ਆਉਂਦੀ ਖਾਣ ਪੀਣ ਦੇ ਵਿੱਚ? ਨਹੀਂ ਕੋਈ। ਚੱਲ ਫਿਰ ਸਕਦੇ ਹੋ ਵਧੀਆ? ਹਾਂਜੀ, ਹੁਣ ਸਾਹ ਤਾਂ ਨਹੀਂ ਚੜਦਾ? ਨਹੀਂ, ਸਾਹ ਨਹੀਂ ਚੜਦਾ। ਠੀਕ ਹੈ। ਤੇ ਹੁਣ ਸਰਜਰੀ ਕਰਵਾਉਣ ਤੋਂ ਬਾਅਦ ਕਿੱਦਾਂ ਆਉਂਦਾ ਲੱਗ ਰਿਹਾ? ਠੀਕ ਹੈ, ਹੁਣ ਗੋਡੇ ਵੀ ਠੀਕ ਹੈ, ਉੱਦਾਂ ਵੀ ਤੁਹਾਨੂੰ ਪੈਰ ਨੂੰ ਵੀ ਬਹੁਤ ਸ਼ਾਂਤੀ ਮਿਲਦੀ ਹੈ। ਬਹੁਤ ਜਿਆਦਾ ਚੰਗੇ ਸੀ ਸਾਰੇ। ਥੈਂਕ ਯੂ ਆਂਟੀ।